अगर आपने हमारे चैनल को सब्सक्राइब नहीं किया है तो इसे सब्सक्राइब कर लें। सब जेल बरनाला में आपसी रंजिश के चलते दो कैदी आपस में भिड़े। मारपीट इतनी खतरनाक थी, एक कैदी को सिविल हॉस्पिटल बरनाला और दूसरे की हालत गंभीर देखते हुए पटियाला रेफर कर दिया गया। पुलिस कर रही है सारे मामले की जांच। बरनाला सब जेल की यह घटना। यहां दिन दहाड़े दो कैदी आपसी रंजिश के चलते आपस में भिड़ गए। एक ने लोहे की रॉड के साथ दूसरे के ऊपर हमला कर दिया और काफी देर तक यह झगड़ा चलता रहा। दोनों कैदी लड़ते लड़ते इतनी बुरी तरह जख्मी हो गए। दोनों कैदियों को सरकारी अस्पताल दाखिल करवाना पड़ा। एक कैदी की हालत ज्यादा गंभीर होने की वजह से उसे बरनाला डॉक्टरों की टीम ने पटियाला रेफर कर दिया गया। जख्मी हालत में इलाज करवा रहे कैदियों ने एक दूसरे पर इल्जाम लगाते हुए बताया कि अक्सर पहले भी जेल के अंदर लड़ाई झगड़ा होता रहा है और जेल के अंदर हर तरह का नशा आम मिलता है, परंतु जेल प्रशासन का इसकी तरफ बिल्कुल भी ध्यान नहीं है और आज भी इतना झगड़ा चलता रहा पर जेल प्रशासन ने बिल्कुल भी बीच बचाव नहीं किया। ਇਹ ਮੇਰਾ ਕੇਸ ਵਾਲਾ ਰਹਿੰਦਾ ਇਹਦੇ ਨਾਲ ਜਿਹੜਾ ਮੇਰੇ ਨਾਲ ਪਹਿਲਾਂ ਕੇਸ 'ਚ ਇਹ ਕਦੇ ਤਾਂ ਕਹਿ ਦਿਆ ਕਰੇ 2026 'ਚ ਜਾਏਗਾ ਮੈਂ ਉਹਨੂੰ ਐਂ ਕਢਾ ਕੇ ਲੈ ਜੂੰ ਸੈਟਿੰਗ ਕਰਾ ਕੇ ਲੈ ਜੂੰ ਭਜਾ ਕੇ ਲੈ ਜੂੰ ਇਹ ਕਹਿੰਦਾ ਅਸੀਂ ਗੈਂਗਸਟਰ ਆ ਅਸੀਂ ਘਰੇ ਗੋਲੀਆਂ ਮਰਾ ਦਾਂਗੇ ਐਂ ਕਰ ਦਾਂਗੇ ਜੋ ਕਰ ਦਾਂਗੇ ਮੈਂ ਚੱਲ ਉਹ ਤਾਂ ਗੱਲ ਕੋਈ ਨਾ ਇਹ ਜੀ ਜਦ ਮੈਂ ਬਈ ਇਹਨੇ ਸਰੀਆ ਲਿਆ ਕੇ ਮੇਰੇ ਮਾਰਿਆ ਮੈਂ ਹੱਥ ਮੂਹਰੇ ਕਰ ਲਿਆ ਹੱਥ ਮੂਹਰੇ ਕੀਤਾ ਤਾਂ ਹੱਥ ਬੱਜੀ ਮੁੜ ਕੇ ਇਹ ਮਾਰ ਲੱਗੇ ਅੜਕ ਗਏ ਤੇ ਆਪਦੇ ਆਪ ਜੀ ਸਰੀਆ ਵੱਜਿਆ ਸਰੀਆ ਇਹਨੂੰ ਪਤਾ ਕਿੱਥੋਂ ਲੈ ਗਏ ਇਹਦੇ ਪਹਿਲਾਂ ਨਾਗ ਡਾਟਾ ਜੇਲ੍ਹ 'ਚ ਉਹ ਵੀ ਇਹਨੂੰ ਬੰਦੇ ਕੁੱਟਣ ਨੂੰ ਫਿਰਦੇ ਤਾਂ ਕਰਕੇ ਇਹਨੇ ਸਰੀਆ ਲਿਆ ਕੇ ਰੱਖਿਆ ਮੂਹਰੋਂ ਕੀਤਾ ਹੋਇਆ ਚਿੱਖਾ ਇਹ ਗੈਂਗਸਟਰ ਇਹਨੀਆਂ ਧਮਕੀਆਂ ਦਿੰਦਾ ਜੀ ਤੁਹਾਡੇ ਘਰੇ ਗੋਲੀਆਂ ਮਰਾ ਦਾਂਗੇ ਕਰ ਦਾਂਗੇ ਜੀ ਘਰਾਂ ਤੱਕ ਜਾਂਦੇ ਹੁੰਦੇ ਹਾਂ ਜੀ ਮੈਂ ਬੈਠਾ ਸੀ ਚੱਕੀ ਮੂਹਰੇ ਜੀ ਇਹਨੇ ਲਿਆ ਕੇ ਸੱਬਲ ਮਾਰੇ ਜੀ ਬਲਪ੍ਰੀਤ ਰਿਹਾ ਜੀ ਜਸਦੇ ਦੀ ਕੁੜੀ 500 ਦੀ ਮਿਲਦੀ ਹੈ ਤਾਂ ਅੱਛਾ ਹੋਰ ਕੀ ਮਿਲਦਾ ਸ਼ਰਾਬ ਨਹੀਂ ਪਾਉਂਦੇ ਹੁੰਦੇ ਨਾ ਸ਼ਰਾਬ ਨਹੀਂ ਪਾਉਂਦੇ ਅੱਛਾ ਨਸ਼ੇ ਦੀਆਂ ਗੋਲੀਆਂ ਪਾਉਂਦੀਆਂ ਨੇ ਫੀਮ ਭੁੱਕੀ ਫੀਮ ਹੋ ਵੀ ਆ ਜਾਂਦੀ ਹੈ ਅੱਛਾ ਕਾਦੇ ਕਿਸ ਚੋਂ ਬੰਦੋ ਗਰੋਵ ਹੁੰਦੀ ਹੈ ਜੀ ਦੋ ਆਪਣਾ ਹਵਾਲਾ ਤੇ ਸੀ ਦਵਿੰਦਰ ਤੇ ਬਲਪ੍ਰੀਤ ਇਹਨਾਂ ਦਾ ਆਪਸ ਦੇ ਵਿੱਚ ਉੱਥੇ ਝਗੜਾ ਹੋਇਆ ਹੈਗਾ ਜਿਹੜੇ ਸਾਨੂੰ ਪ੍ਰਾਇਮਰੀ ਇਨਫੋਰਮੇਸ਼ਨ ਜਿਹੜੀ ਮਿਲੀ ਆ ਇੱਕ ਡਾਕਟਰੀ ਰੁਕਾ ਹੁੰਦਾ ਔਰ ਸੀ ਬਾਅਦ 'ਚ ਇਹ ਪਤਾ ਲੱਗਿਆ ਵੀ ਜਿਹੜਾ ਦਵਿੰਦਰ ਨਾਂ ਦਾ ਸੀਗਾ ਜਿਹਦੀ ਲੜਾਈ ਹੋਈ ਆ ਜ਼ਖਮੀ ਉਹ ਇਸ ਟਾਈਮ ਪਟਿਆਲਾ ਰੈਫਰ ਕੀਤਾ ਹੋਇਆ ਰਜਿੰਦਰਾ ਦੇ ਵਿੱਚ ਜੀ ਅਤੇ ਬਲਪ੍ਰੀਤ ਜਿਹੜਾ ਇੱਥੇ ਦਾਖਲ ਆ ਜੀ ਹੁਣ ਜਿਹੜੀ ਹੈ ਇਹਨਾਂ ਤੋਂ ਜੋ MLRs ਵਗੈਰਾ ਰਸੀਵ ਕਰਕੇ ਜੋ ਕਾਰਵਾਈ ਹੁੰਦੀ ਇਹਦੀ ਕੀਤੀ ਜਾਊਗੀ ਜੀ ਬਿਲਕੁਲ ਬਿਲਕੁਲ ਜਦੋਂ ਜੀ ਜੇਲ੍ਹ ਦੇ ਵਿੱਚੋਂ ਸਾਨੂੰ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੁਛ ਫੜਿਆ ਜਾਂਦਾ ਨਾਲ ਦੀ ਨਾਲ ਅਸੀਂ ਇਹਦੀ ਕਾਰਵਾਈ ਕਰਦੇ ਹਾਂ ਜੀ ਮਤਲਬ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਤਾਂ ਕਾਰਵਾਈ ਕੀਤੀ ਜਾਊ ਕੋਈ ਅਥੈਂਟਿਸਿਟੀ ਨਾਲ ਗੱਲ ਦੱਸਣਗੇ ਸੀਨੀਅਰ ਅਫੀਸਰਸ ਨੂੰ ਦੱਸਣਗੇ ਉਹਦੇ ਮੁਤਾਬਕ ਕੀਤਾ ਜਾਊਗਾ ਕੋਈ ਮਾੜਾ ਮੋਟਾ ਇੱਕ ਰੋੜਾ ਵੀ ਵਰਤਿਆ ਜਾਂਦਾ ਹੁੰਦਾ ਸੱਟ ਲੱਗ ਜਾਂਦੀ ਹੈ ਬਾਅਦ ਦੇ ਵਿੱਚ ਉਹ ਹਥਿਆਰ ਵਿਖਾਉਣ ਦੀ ਖਾਤਰ ਬੈਟ ਬਾਟ ਵਰਤ ਲੈਂਦੇ ਆ ਇਹ ਤਾਂ ਜਾਂਚ ਤੋਂ ਪਤਾ ਲੱਗੂਗਾ ਜੀ ਰੋਡ ਕਿੱਥੋਂ ਆਈ ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।